ਜੇਕਰ ਤੁਸੀਂ ਕੋਈ ਸਪੋਰਟਸ ਇਵੈਂਟ ਕਰਵਾ ਰਹੇ ਹੋ ਅਤੇ ਚਾਹੁੰਦੇ ਹੋ ਕਿ ਇਸ ਇਵੈਂਟ ਦੀ ਕਵਰੇਜ ਪੰਜਾਬੀ ਸਪੋਰਟਸ 'ਤੇ ਕੀਤੀ ਜਾਵੇ ਤਾਂ ਸਾਨੂੰ ਕੰਟੈਕਟ ਕਰੋ ਅਤੇ ਪੰਜਾਬੀ ਸਪੋਰਟਸ ਦੀ ਟੀਮ ਉੱਥੇ ਜ਼ਰੂਰ ਪਹੁੰਚੇਗੀ। ਪੰਜਾਬੀ ਸਪੋਰਟਸ ਨੂੰ ਸਾਰੇ ਕੈਨੇਡਾ ਵਿੱਚ ਦੇਖਿਆ ਜਾਂਦਾ ਹੈ ਅਤੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਰੇ ਸਪੋਰਟਸ ਨੂੰ ਪ੍ਰਮੋਟ ਕਰੀਏ। ਹੁਣ ਦੇਖਦੇ ਹਾਂ ਇਸ ਸਾਲ ਦੇ ਕੈਨੇਡਾ ਕਬੱਡੀ ਸੀਜ਼ਨ 2010 ਦੀ ਆਖਰੀ ਕਬੱਡੀ ਟੂਰਨਾਮੈਂਟ ਬਾਰੇ ਇਹ ਰਿਪੋਰਟ। इस टूर्नामेंट विच कबड्डी दे मुकाबले भी कराए गए जिस विच अंडर 18 62 किलोग्राम ਅਤੇ ਓਪਨ ਕਬੱਡੀ ਦੀਆਂ ਟੀਮਾਂ ਨੇ ਹਿੱਸਾ ਲਿਆ। ਕਬੱਡੀ ਦੇ ਵਿੱਚ ਫਰਕ ਬਹੁਤ ਆ ਗਿਆ ਵਾ ਜੀ। ਪਹਿਲਾਂ ਜਦੋਂ ਪਿੰਡ ਪੱਧਰ ਤੇ ਖੇਡਣੀ ਸ਼ੁਰੂ ਕੀਤੀ ਉਦੋਂ ਕਬੱਡੀ ਕਬੱਡੀ ਕਰਦੇ ਸੀਗੇ, ਉਸ ਤੋਂ ਬਾਅਦ ਫਿਰ ਆਪਣੇ ਕੋਰਨਰ ਤੇ ਖੜਦੇ ਸੀ, ਉਹ ਕਈ ਵਾਰ ਲੋਕ ਬੈਠੇ ਰਹਿੰਦੇ ਸੀ, ਉਹ ਬਾਹਰ ਹੋ ਗਏ, ਉੱਧਰ ਹੋ ਗਏ, ਉਸ ਤੋਂ ਬਾਅਦ ਫਿਰ ਵਿਚਾਲੇ ਖੜਨਾ ਸ਼ੁਰੂ ਕਰਤਾ, ਫਿਰ 30 ਸੈਕਿੰਡ ਆ ਗਏ। 30 ਸੈਕਿੰਡ ਨਾਲ ਬਹੁਤ ਫਾਸਟ ਹੋ ਗਈ ਅਤੇ ਅੱਜ ਤੋਂ ਜੇ ਦੇਖਿਆ ਜਾਵੇ ਪਿਛਲੇ ਈਵਨ 10 ਸਾਲਾਂ ਦੇ ਵਿੱਚ ਤਾਂ ਕਬੱਡੀ ਦੇ ਵਿੱਚ ਬਹੁਤ ਵੱਡਾ ਫਰਕ ਆ। ਕਬੱਡੀ ਦੇ ਵਿੱਚ ਬਹੁਤ ਜ਼ਿਆਦਾ ਸਪੀਡ ਆ ਗਈ ਆ, ਲੋਕ ਇੰਜੋਏ ਕਰ ਰਹੇ ਆ ਇਹਨੂੰ। ਪਹਿਲਾਂ ਥੋੜ੍ਹਾ ਜਿਹਾ ਸੀਗਾ, ਤਕੜੀ ਸੀ, ਪਰ ਥੋੜ੍ਹਾ ਜਿਹਾ ਸਲੋ ਹੋਣ ਕਰਕੇ ਲੋਕਾਂ ਨੂੰ ਕਈ ਵਾਰ ਉਹ ਮੈਚ ਉਹੋ ਜਿਹੇ ਨਹੀਂ ਮਿਲਦੇ ਸੀ, ਪਰ ਅੱਜ ਤਾਂ ਮੈਚ ਇਸ ਤਰ੍ਹਾਂ ਵਾ ਕਿ ਪਤਾ ਹੀ ਲੱਗਦਾ ਅੱਜ ਕਿਹੜੀ ਟੀਮ ਨੇ ਜਿੱਤਣਾ, ਕੱਲ੍ਹ ਨੂੰ ਕਿਹਨੇ ਜਿੱਤਣਾ। ਸੋ ਸਪੀਡ ਆ ਗਈ ਉਹਦੇ ਵਿੱਚ ਅਤੇ ਬਾਕੀ ਔਰਗਨਾਈਜ਼ ਬਹੁਤ ਵਧੀਆ ਢੰਗ ਨਾਲ ਹੋਣ ਲੱਗ ਗਈ ਆ। ਪ੍ਰਮੋਟਰ ਵੀਰ ਨੂੰ ਬਹੁਤ ਜਿਵੇਂ ਆਪਣੀ ਟੀਮ ਦੀ ਯੂਨੀਫਾਰਮ ਪਾ ਕੇ ਜਾ ਰਹੇ ਆ, ਪਹਿਲਾਂ ਪਤਾ ਨਹੀਂ ਹੁੰਦਾ ਕੌਣ ਕੌਣ ਆ, ਕਿਹੜੀ ਟੀਮ ਆ। ਸੋ ਦੈਟਸ ਗੁੱਡ। ਵਰਲਡ ਕੱਪ ਹੋਇਆ ਵਾ, ਉਹਦੇ ਵਿੱਚ ਵੀ ਮੀਡੀਆ ਦਾ ਵੀ ਬਹੁਤ ਵਧੀਆ ਰੋਲ ਅਦਾ ਹੋਇਆ ਅਤੇ ਲੋਕਾਂ ਦੇ ਘਰਾਂ ਤੱਕ ਪਹੁੰਚੀ ਆ। ਮੈਨੂੰ 7ਵੀਂ 8ਵੀਂ ਕਲਾਸ 'ਚ ਹਾਂ ਜਦੋਂ ਮੈਂ ਸ਼ੁਰੂ ਕੀਤੀ ਕਬੱਡੀ, ਅਤੇ ਮੈਂ ਮੁੜ ਖੇਡਦਾ ਖੇਡਦੇ ਪਿੰਡਾਂ 'ਚ ਮੁੜ ਕੇ DAV ਕਾਲਜ ਜਲੰਧਰ ਵੱਲੋਂ ਖੇਡਣ ਲੱਗਾ। ਉੱਥੋਂ ਖੇਡਦਿਆਂ ਖੇਡਦਿਆਂ ਫਿਰ ਉੱਥੇ ਮੇਰੇ ਸੰਦੀਪ ਭਾਈ ਲੱਲੀਆਂ ਵਾਲੇ ਨੇ, ਤਾਊ ਭਾਈ ਨੇ ਮੇਰੀ ਫਿਰ ਉੱਥੋਂ ਮੇਰੀ ਗੱਲ ਡਾਰੇ ਭਾਈ ਨਾਲ ਕੀਤੀ। ਫਿਰ 2009 'ਚ ਮੈਂ ਇੱਥੇ ਆਇਆ। ਹੁਣ ਇੱਥੇ ਬਾਕੀ ਡਰੱਗ ਵਗੈਰਾ ਚੈੱਕ ਹੁੰਦੀ ਆ, ਬਹੁਤ ਵਧੀਆ ਮੈਚ ਹੋ ਰਹੇ ਆ ਅਤੇ ਲੋਕ ਵੀ ਇੰਜੋਏ ਕਰਦੇ ਆ ਅਤੇ ਦਰਸ਼ਕਾਂ ਨੂੰ ਵੀ ਹੈਗੀ ਆ ਕਿ ਲੜਾਈ ਲੜੂਈ ਤੋਂ ਦੂਰ ਹੋ ਕੇ ਮੈਚ ਦੇਖਣ ਅਤੇ ਜਿੰਨੇ ਵੀ ਮੁੰਡੇ ਇੰਡੀਆ ਤੋਂ ਆਉਂਦੇ ਆ ਉਹਨਾਂ ਦਾ ਹੌਸਲਾ ਵਧਾਉਣ। ਅਤੇ ਬਾਕੀ ਮੇਰੇ ਵੀਰ ਬਹੁਤ ਕਰ ਰਹੇ ਆ, ਜਿਵੇਂ ਅਕੈਡਮੀਆਂ ਵਗੈਰਾ ਚੱਲ ਰਹੀਆਂ ਵਾਂ, ਅਤੇ ਮੈਂ ਚਾਹੁੰਦਾ ਕਬੱਡੀ ਦੁਨੀਆ ਦੇ ਵਿੱਚ ਹਰ ਇੱਕ ਜਗ੍ਹਾ 'ਤੇ ਖੇਡੀ ਜਾਵੇ, ਕਿਉਂਕਿ ਸਾਨੂੰ ਇੱਥੇ ਤੱਕ ਪਹੁੰਚਾਉਣ ਵਾਲੀ ਇਹ ਕਬੱਡੀ ਹੋਈ ਆ। ਇਹ ਟੂਰਨਾਮੈਂਟ ਕਬੱਡੀ ਇਨ ਕੈਨੇਡਾ ਸੀਜ਼ਨ 2010 ਦਾ ਅਖੀਰਲਾ ਟੂਰਨਾਮੈਂਟ ਸੀ ਅਤੇ ਸਾਰੀਆਂ ਟੀਮਾਂ ਨੇ ਅਗਲੇ ਸਾਲ ਫਿਰ ਕੈਨੇਡਾ ਵਿੱਚ ਕਬੱਡੀ ਦੀਆਂ ਧੁੰਮਾਂ ਪਾਉਣ ਦਾ ਵਾਅਦਾ ਕਰਕੇ ਇੱਕ ਦੂਜੇ ਨੂੰ ਅਲਵਿਦਾ ਆਖੀ। ਵਧੀਆ ਚੱਲਣ ਡਿਆ, ਮਤਲਬ ਕਿ ਟੂਰਨਾ ਸਾਰੇ ਮੈਚ ਵਧੀਆ ਐਨ ਵਧੀਆ, ਮਤਲਬ ਕਿ ਫਸ ਕੇ ਹੋਣ ਡੇ, ਜਿੱਦਾਂ ਵਧੀਆ ਸਭ ਚੱਲਣ ਡਿਆ। ਅੱਜ ਦਾ ਟੂਰਨਾਮੈਂਟ ਬਹੁਤ ਵਧੀਆ ਹੋ ਰਿਹਾ ਜੀ। ਅੱਜ ਉਹ ਮੈਚ ਹੋਇਆ ਕਿ ਹਟਿਆ ਪਹਿਲਾਂ ਜੰਗ ਦਾ ਅਤੇ ਵੈਨਕੂਵਰ ਦਾ, ਬਹੁਤ ਵਧੀਆ ਮੈਚ ਹੋਇਆ, ਲੋਕਾਂ ਨੇ ਇਹਨੂੰ ਬਹੁਤ ਵਧੀਆ ਇੰਜੋਏ ਕੀਤਾ। ਤੋ ਬਹੁਤ ਹੀ ਵਧੀਆ ਮੈਚ ਸੀ ਦੋਨੇ ਸਾਈਡਾਂ ਤੋਂ। ਜਿੱਤਣ ਹਾਰਨ ਤਾਂ ਚਲੋ ਹੁੰਦੀ ਆ, ਕਿਉਂਕਿ ਪਲੇਅਰਾਂ ਨੂੰ ਤਾਂ ਇਹ ਹੁੰਦਾ ਵੀ ਚਲੋ ਸਾਡੀ ਪਰਫੋਰਮੈਂਸ ਵਧੀਆ ਹੋਵੇ, ਬਾਹਰ ਹੁੰਦਾ ਕਿ ਫਲਾਨਾ ਜਿੱਤ ਗਿਆ ਉਹ ਹਾਰ ਗਿਆ, ਪਰ ਮੈਂ ਦੋਨਾਂ ਨੂੰ ਕਹੂੰਗਾ ਕਿ ਉਹ ਬਹੁਤ ਸੋਹਣਾ ਉਹਨਾਂ ਨੇ ਪਰਫੋਰਮੈਂਸ ਕੀਤਾ, ਬਹੁਤ ਵਧੀਆ ਵਧੀਆ ਖੇਡਿਆ ਉਹ ਦੋਨੇ। ਸੋ ਇਸੇ ਤਰ੍ਹਾਂ ਦੇ ਮੈਚ ਸ਼ਲਾਘਾਯੋਗ ਆ, ਸਾਨੂੰ ਇਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ। ਤੇਜਪਾਲ ਤਖਸਰ, ਪੰਜਾਬੀ ਸਪੋਰਟਸ।